ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀ ਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਕੁਪਵਾੜਾ ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਚ ਇੱਕ ਅੱਤਵਾਦੀ ਢੇਰ, ਦੋ ਸਿਪਾਹੀ ਹੋਏ ਜ਼ਖਮੀ, 3 ਘੰਟੇ ਤੱਕ ਚੱਲਿਆ ਮੁਕਾਬਲਾ। ਮਹਾਰਾਸ਼ਟਰ ਚ ਵਾਪਰਿਆ ਭਿਆਨਕ ਹਾਦਸਾ, ਢਹਿ ਢੇਰੀ ਹੋਈ 3 ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ। ਪੈਰਿਸ ਓਲੰਪਿਕਸ 2024 ਦੇਸ਼ਾਂ ਦੀ ਪਰੇਡ ਦੇ ਨਾਲ ਓਲੰਪਿਕ ਉਦਘਾਟਨੀ ਸਮਾਗਮ ਸ਼ੁਰੂ, ਐਥਲੀਟਾਂ ਨੇ ਮੀਂਹ ਦੇ ਖਤਰੇ ਵਿਚਕਾਰ ਪਰੇਡ 'ਚ ਲਿਆ ਹਿੱਸਾ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਜੰਮੂ ਕਸ਼ਮੀਰ ਦੇ ਕੁਪਵਾੜਾ ਚ ਭਾਰਤੀ ਫੌਜ ਤੇ ਪਾਕਿਸਤਾਨੀ ਫੌਜ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ। ਭਾਰਤੀ ਜਵਾਨਾਂ ਨੇ ਉੱਤਰੀ ਕਸ਼ਮੀਰ ਚ ਕੰਟਰੋਲ ਰੇਖਾ ਤੇ ਮਾਛਲ ਸੈਕਟਰ ਚ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। BAT ਚ ਸ਼ਾਮਿਲ ਇੱਕ ਅੱਤਵਾਦੀ ਮਾਰਿਆ ਗਿਆ ਤੇ 2 ਜਵਾਨ ਜ਼ਖਮੀ ਹੋਏ ਨੇ। ਪਾਕਿਸਤਾਨੀ ਫੌਜ ਦੇ ਕਮਾਂਡੋਜ਼ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਬੈਟ ਟੀਮ ਦੇ ਦਸਤੇ 'ਚ ਅਲ ਬਦਰ, ਤਹਿਰੀਕ ਉਲ ਮੁਜਾਹਿਦੀਨ, ਲਸ਼ਕਰ ਅਤੇ ਜੈਸ਼ ਦੇ ਅੱਤਵਾਦੀ ਵੀ ਸ਼ਾਮਿਲ ਨੇ। ਮਚਲ 'ਚ ਫੌਜੀ ਕਾਰਵਾਈ ਚੱਲ ਰਹੀ ਹੈ, ਇਸ ਦੇ ਪੂਰਾ ਹੋਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਬੈਟ ਐਕਸ਼ਨ ਸੀ ਜਾਂ ਘੁਸਪੈਠ ਦੀ ਕੋਸ਼ਿਸ਼। ਜਾਣਕਾਰੀ ਮੁਤਾਬਿਕ ਅੱਜ ਤੜਕੇ ਮਾਛਲ ਸੈਕਟਰ 'ਚ ਕੁੰਮਕੜੀ ਫਾਰਵਰਡ ਪੋਸਟ 'ਤੇ ਤਾਇਨਾਤ ਜਵਾਨਾਂ ਨੇ ਕੁਝ ਲੋਕਾਂ ਨੂੰ ਚੌਂਕੀ ਵੱਲ ਵੱਧਦੇ ਦੇਖਿਆ। ਉਸਨੇ ਉਸ ਸਮੇਂ ਉਹਨਾਂ ਨੂੰ ਚੁਣੌਤੀ ਦਿੱਤੀ ਅਤੇ ਆਤਮ ਸਮਰਪਣ ਕਰਨ ਲਈ ਕਿਹਾ। ਜਵਾਨਾਂ ਦੀ ਲਲਕਾਰ ਸੁਣ ਕੇ ਹਮਲਾ ਕਰਨ ਆਏ ਬੈਟ ਸਕੁਐਡ ਨੇ ਗੋਲੀਆਂ ਚਲਾਏ ਤੇ ਪਿੱਛੇ ਹਟਣ ਲੱਗੇ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਉਹਨਾਂ ਨੇ ਮੁਕਾਬਲੇ ਵਿੱਚ ਸ਼ਾਮਿਲ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਕਰੀਬ 3 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ। ਗੁਜਰਾਤ 'ਚ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਨੇ। ਸੂਬਾ ਸਰਕਾਰ ਨੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਕਈ ਪਹਿਲਾਂ ਕੀਤੀਆਂ ਨੇ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ਨੇ। ਇਹਨਾਂ 133 ਕੇਸਾਂ 'ਚੋਂ 37 ਮਾਮਲੇ ਚਾਂਦੀਪੁਰਾ ਵਾਇਰਸ ਸੰਬੰਧੀ ਪੁਸ਼ਟੀ ਹੋਈ ਹੈ। ਦਰਅਸਲ ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰਾ ਵਾਇਰਸ 'ਚ ਵਰ੍ਹਾ 1966 ਦੌਰਾਨ 15 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੌਤ ਹੋਣ ਲੱਗੀ ਸੀ। ਉਦੋਂ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਵਾਇਰਸ ਪੈ ਗਿਆ ਸੀ। ਮਹਾਰਾਸ਼ਟਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ 3 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ। ਮੌਕੇ 'ਤੇ ਰਾਹਤ ਕਾਰਜ ਜਾਰੀ ਨੇ। ਜਾਣਕਾਰੀ ਮੁਤਾਬਿਕ ਨਵੀਂ ਮੁੰਬਈ ਦੇ ਪਿੰਡ ਸ਼ਹਿਬਾਜ਼ ਵਿੱਚ ਇੱਕ 3 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਮਗਰੋਂ ਕਈ ਲੋਕ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਨੇ। ਇਸ ਹਾਦਸੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਆਮ ਪਰੰਪਰਾ ਤੋਂ ਹਟਦੇ ਹੋਏ 205 ਦੇਸ਼ਾਂ ਦੇ ਅਥਲੀਟਾਂ ਨੇ ਮੀਂਹ ਦੇ ਖਤਰੇ ਦੇ ਵਿਚਕਾਰ ਇੱਥੇ ਸੀਨ ਨਦੀ 'ਤੇ ਕਿਸ਼ਤੀਆਂ ਵਿੱਚ ਪਰੇਡ ਆਫ ਨੇਸ਼ਨਸ 'ਚ ਹਿੱਸਾ ਲਿਆ ਅਤੇ ਇਸ ਦੇ ਨਾਲ ਹੀ ਰੌਸ਼ਨੀ ਦੇ ਸ਼ਹਿਰ ਵਿੱਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਹੋ ਗਈ ਹੈ।
फ्रांस के राष्ट्रपति इमैनुअल मैक्रोन ते अंतरराष्ट्रीय ओलंपिक कमेटी के मुखी थॉमस बाक के नाल फ्रेंच फुटबॉलर जिनेदिन जिदाने नूं पहला रिकॉर्ड किए वीडियो च ओलंपिक मशाल के नाल पैरिस दीयां सड़कां ते दौड़दे हुए दिखाया गया। 6 किलोमीटर की परेड ऑस्ट्रिस ब्रिज तो शुरू हुई जिस में 85 किश्तियां 208 देशों के 1800 तो वधेरे खिडारी सवार सन ते शरणार्थी ओलंपिक टीम भी सी। भारी गिनती च खिडारियों ने मुकाबले होने कारण उद्घाटनी समागम के हिस्सा लिया। डेरा बाबा नानक दे पिंड मुल्लोवाली तो बहुत ही मंदभागी खबर सामने आई है जिथे कि एक 26 साल फौजी नौजवान सुखप्रीत सिंह दी दिल दा दौरा पैन कारण मौत हो गई है जिसका नौजवान दे मापियां ते दुखां दा पहाड़ टुटिया गया है ते उत्थे ही पूरे इलाके विच सोग दी लहर पाई जा रही है। जानकारी दिंदे आं फौज दे अधिकारियां ते परिवारक मैंबरां ने दस्सिया कि लॉन्स नायक ऑपरेटर सुखप्रीत सिंह पुत्र बलजीत सिंह 581 लाइट रेजिमेंट चढ़दी कला मिसामारी कैंट आसाम दे ग्लेशियर ते अपनी बेखोबी ड्यूटी निभा रहे सी। नौजवान फौजी सुखप्रीत सिंह ग्लेशियर तो वापस परत के 19 जुलाई में अपने घर छुट्टी से आए थे। बीते 2 दिन पहला अचानक इन्हों की तबीयत बिगड़ी तो इन्हों डेरा बाबा नानक दे सिविल हस्पताल लिजाया गया जिथे कि डॉक्टर ने इन्हों आर्मी हस्पताल अमृतसर रैफर किया। परिवारक मैंबर ने दसिया है कि आर्मी हस्पताल के डॉक्टर वालों उसका चैकअप किया गया जिथे कि उन्होंने वालों उसू मृतक ऐलान दिया गया जिथे कि अज उसके जथे पिंड मुल्लोवाली के शमशान घाट में फौजी का सरकारी सन्मान अंतिम संस्कार किया गया। इस मौके पर तिबड़ी कैंट तो पहुंची फौज की टुकड़ी वालों लांस नायक सुखप्रीत सिंह नूं सलामी दी गई तो उसके पिता नूं तिरंगा झंडा पेंट किया गया। फौजी नौजवान अपने पिछे 6 महीने का बेटा पत्नी बुजुर्ग माता छोटे भैन भरा नूं छड्ड गया जिथे कि उन्हां दा रो रो के बुरा हाल। केंद्रीय एमरजेंसी ऑपरेशन सेंटर मुताबिक फोकस ताइवान की रिपोर्ट अनुसार तूफान गेमी के तेज़ होने तो बाद ताइवान में घट्टो घट 8 लोगों की मौत हो गई है। जारी किए गए सीओसी के अंकड़े के अनुसार ताइवान च तूफान के लंघन दौरान तो बाद एक व्यक्ति के लापता 866 के जख्मी होने की भी रिपोर्ट है। एक गर्म तूफान दे विच इह हेठा आ चुकिया है हुण चीन तक पहुँच गया। हालांकि मध्य अते दक्षिणी ताइवान च महत्वपूर्ण बारिश जारी रह सकती है। मन वालियां च इक 64 साल औरत मोटरसाइकिल सवार भी शामिल है जिसकी काउंसिंग विच इक डिगन वाले दरख्त नाल टकरा जाण कारण मौत हुई है। एक 44 साल औरत जो हुआलिन काउंटी में छत की डिगी कंध नाल मर गई सी अते एक 78 साल व्यक्ति जो काउंसिंग विच जमीन खिसकन दौरान मारिया गया सी। इस तों इलावा एक 65 साल व्यक्ति घर विच मुरम्मत का काम करते समय जमीन डिगया ते बाद विच तैनात दे हस्पताल विच उसकी मौत हो गई। नाभा दे ठठेरियां वाले मुहल्ले विच कोतवाली पुलिस वालों दे व्यापार दे धंधे नूं बेनकाब किया गया। पुलिस ने 9 औरतां ते 2 व्यक्तियों नूं घर चों गिरफ्तार किया जो कि किराए दे मकान लै के यह धंधा चलाउंदे सी। पुलिस ने इन्हां सारिआं ते मामला दर्ज कर लिया। दूजे पासे मुहल्ला वासियां ने भी सुख दा सांह लिया। उन्हां दा कहना है कि पुलिस वालों बहुत वधिया कदम चुकिया गया क्योंकि इस दा असर उन्हां दे बच्चिआं ते वी पैंदा। इन्हां दे मुख सरगना मंजू ते पहलां वी जिसम फरोशी दे कई मामले दर्ज ने क्योंकि जिस मुहल्ले विच इह धंधा चलदा सी उह बहुत ही पौश इलाका है जिस तों सारे ही मुहल्ला वासी परेशान सन। पुलिस वालों सारिआं ही दोषियों खिलाफ़ मामला दर्ज करके उन्होंने खिलाफ इमोरल एक्ट के तहत मामला दर्ज कर दिया गया।
ਸੀਕ੍ਰੇਟ ਇਨਫੋਰਮੇਸ਼ਨ 'ਤੇ ਅਸੀਂ ਰੇਡ ਕੀਤੀ ਹੈ ਠਠੇਰਿਆਂ ਮੁਹੱਲਾ ਦੇ ਵਿੱਚ, ਅਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਛ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ, ਅਤੇ ਮੁਹੱਲੇ ਦੇ ਬੰਦਿਆਂ 'ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ। ਉੱਥੇ ਅਸੀਂ ਰੇਡ ਕਰਕੇ ਕੁਛ ਲੇਡੀਜ਼ ਅਤੇ ਜੈਂਟਸ ਅਰੈਸਟ ਕੀਤੇ ਨੇ, ਅਤੇ ਇਮੋਰਲ ਟ੍ਰੈਫਿਕ ਐਕਟ ਦੇ ਅੰਡਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ। ਇਹ ਅਸੀਂ ਦੇਖ ਰਹੇ ਹਾਂ ਜੀ, ਮੰਜੂ ਨਾਂ ਦੀ ਲੇਡੀ ਹੈ, ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ, ਅਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨਿਆਂ ਦੇ ਮੁਕੱਦਮੇ ਦਰਜ ਨੇ, ਅਤੇ ਬਾਕੀ ਤਫਤੀਸ਼ ਜਾਰੀ ਹੈ। ਇਹ ਹਲੇ ਅਸੀਂ ਸਾਰੇ ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ। ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ੀਅਲ ਇਹਨਾਂ ਦਾ ਰਿਮਾਂਡ ਲਿਆ ਜਾਊਗਾ। ਕਿੰਨੇ ਟਾਈਮ ਤੋਂ ਕਰਦੇ ਸੀ ਜੀ? ਇਹ ਤਫਤੀਸ਼ 'ਚ ਸਾਹਮਣੇ ਆਊਗਾ। ਇਹ 10 ਜਣੇ ਨੇ ਜੀ। ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ? ਇਹਨਾਂ 'ਚ 9 ਨੇ। 3-4-5 ਇਮੋਰਲ ਟ੍ਰੈਫਿਕ ਐਕਟ ਹੈਗਾ ਜੀ, ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ। ਕਿੰਨੇ ਕੁ ਪੈਸੇ ਲੈਂਦੇ ਜਿਸਮ ਫਰੋਸ਼ੀ ਵਾਸਤੇ ਜਿਹੜੇ ਹੈਗਾ ਆਦਮੀ? ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸ ਦੇਣਗੇ। ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ, ਇਸ ਤੋਂ ਪਹਿਲਾਂ ਕੀ ਮਾਮਲੇ ਦਾ? ਇਸ ਤੋਂ ਪਹਿਲਾਂ ਵੀ ਇੱਕ ਇਮੋਰਲ ਟ੍ਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕੱਦਮਾ ਦਰਜ, ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ। ਫੜ ਕੇ ਲੈ ਗਈ ਹੈ, ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਇੱਕ ਹਫ਼ਤਾ ਰਹਿ ਕੇ ਆਈ ਹੈ ਪੁਲਿਸ ਦੇ ਵਿੱਚ, ਪਹਿਲਾਂ ਵੀ ਇਹ ਰਹਿ ਕੇ ਆਈ ਹੈ। ਨਾਲ ਇਹਦੇ ਉੱਪਰ ਕਿੰਨੇ ਟਾਈਮ ਤੋਂ ਰਹਿ ਰਹੇ ਨੇ? ਇਹ ਹੋ ਗਏ ਇਹਨੂੰ 3-4 ਸਾਲ। ਦੇਖੋ ਜੀ, ਤੰਗ ਤਾਂ ਮੇਰੀ ਗੱਲ ਸੁਣੋ, ਹੁਣ ਧੀਆਂ ਭੈਣਾਂ ਵਾਲੇ ਜਿਹੜੇ ਧੀਆਂ ਭੈਣਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ। ਹਾਂਜੀ, ਮੰਗ ਤਾਂ ਇਹੀ ਹੈ ਵੀ ਕੁਛ ਇੱਥੇ ਗੰਦ ਹੋਣਾ ਨਹੀਂ ਚਾਹੀਦਾ, ਸਾਰੇ ਮਾੜੀ ਗੱਲ ਹੈਗੀ, ਗੱਲ ਨਹੀਂ ਹੈ। ਮੈਂ ਕਿਹਾ ਐਕਚੁਲੀ ਨਾਂ ਦਾ ਕੀ, ਨਾਂ ਪੈਂਦਾ ਤਾਂ ਕੀ ਕੋਈ ਮਤਲਬ ਨਹੀਂ ਹੈ। ਟਾਂਡਾ ਢੋਲ ਵਾਹਾ ਤੇ ਪਿੰਡ ਜਾਜਾ 'ਚ ਇੱਕ ਕੱਪੜਿਆਂ ਦੇ ਸ਼ੋਰੂਮ 'ਚ ਅੱਗ ਲੱਗਣ ਨਾਲ ਲੱਖਾਂ ਰੁਪਇਆਂ ਦੇ ਕੱਪੜੇ ਸੜ ਕੇ ਸਵਾਹ ਹੋ ਗਏ। ਅੱਗ ਲੱਗਣ ਦੀ ਘਟਨਾ ਦੇਰ ਰਾਤ ਵਾਪਰੀ ਅਤੇ ਸਵੇਰੇ ਕਰੀਬ 5 ਵਜੇ ਦੁਕਾਨ ਦੇ ਸ਼ਟਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ, ਤਾਂ ਦੁਕਾਨ ਮਾਲਕਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅਗਜ਼ਨੀ ਦਾ ਸ਼ਿਕਾਰ ਹੋਏ ਰਮਨ ਕਲਾਥ ਹਾਊਸ ਦੇ ਮਾਲਕ ਅਮਿਤ ਕੁਮਾਰ ਵਾਸੀ ਟਾਂਡਾ ਨੇ ਦੱਸਿਆ ਕਿ ਦੁਕਾਨ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ਼ੋਰੂਮ 'ਚ ਰੱਖੇ ਕੱਪੜੇ ਅਤੇ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਏ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।